ਵੀ ਯਾਰ ਇਹ ਤਾਂ ਇੱਦਾਂ ਸਮਝਦੇ ਸਾਨੂੰ ਜਿਵੇਂ ਪਾਕਿਸਤਾਨ ਤੋਂ ਅਸੀਂ ਆਏ ਹੁੰਦੇ ਹਾਂ। ਕੋਈ ਵੀ ਦੇਸ਼ ਲਈ ਸੰਘਰਸ਼ ਚੱਲਿਆ, ਆਜ਼ਾਦੀ ਦਾ ਸੰਘਰਸ਼ ਚੱਲਿਆ, ਦੇਸ਼ ਹਿੱਕੜਾ ਕੇ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਪੰਜਾਬੀਆਂ ਨੇ ਹਰ ਗੱਲ 'ਤੇ ਧੱਕਾ ਕਰਤਾ ਮੋਦੀ। ਰਾਜਪਾਲ ਦਾ ਪ੍ਰਚਾਰ ਕਰੀ ਜਾਂਦਾ ਬੀਜੇਪੀ ਦਾ ਮੋਦੀ ਦੇ ਕਹਿਣ 'ਤੇ। ਅੱਛਾ ਜੀ, ਅਤੇ ਇਹ ਤੋਂ ਲੋਕਤੰਤਰ ਦਾ ਕਾਰਨ ਕੀ ਹੋ ਸਕਦਾ? ਦੇਖੋ, ਰਾਜਪਾਲ ਦਾ ਸਤਿਕਾਰ ਵੀ ਬਹੁਤ ਹੁੰਦਾ, ਰਾਜਪਾਲ ਨੂੰ ਉੱਥੇ ਟੇਕ ਕੇ ਰਹਿਣਾ ਚਾਹੀਦਾ, ਕਿਉਂਕਿ ਲੋਕਤੰਤਰ ਦੁਆਰਾ ਚੁਣ ਕੇ MLA ਜਾਂਦੇ ਨੇ, ਮੰਤਰੀ ਬਣਦੇ ਜਾਂਦੇ ਨੇ, ਉਹ ਲੋਕਾਂ ਦੀਆਂ ਮੰਗਾਂ ਹੁੰਦੀਆਂ ਪੰਜਾਬ ਦੀਆਂ। ਪੰਜਾਬ ਦਾ ਇਹ ਮੁੱਖ ਮੰਤਰੀ ਨੇ, ਉਹਨਾਂ ਕਹਿੰਦੇ ਪੰਜਾਬ ਦਾ ਇੱਕ ਰੁਪਈਏ ਦਾ ਹਿਸਾਬ ਹੈ ਮੈਂ ਲੋਕਾਂ ਤੋਂ ਲੈਣਾ, ਵੀ ਉਹ ਲੋਕਾਂ ਦਾ ਪੈਸਾ ਲੋਕਾਂ ਦੇ ਵਿੱਚ ਦੇਣਾ। ਕਦੇ ਬਾਜਵਾ ਕਹਿੰਦੇ ਇਹਨਾਂ ਦੀਆਂ ਆਦਤਾਂ ਬਣੀਆਂ ਹੁੰਦੀਆਂ, ਕਿਉਂਕਿ ਇਹ ਕੁਛ ਵੀ ਬੋਲ ਦਿੰਦੇ ਨੇ, ਕਿਉਂਕਿ ਇਹਨਾਂ ਨੇ ਕਿਹਾ ਵੀ ਸਮਝਦਾ ਜਿਹਾ ਬੋਲਣਾ ਹੁੰਦਾ। ਜਦੋਂ ਨਾਲ ਇਹਨਾਂ ਦੇ ਵਿਚਰ ਕੇ ਦੇਖਿਆ, ਇਹਨਾਂ ਦੇ ਕਿਰਦਾਰ ਦੇਖੇ, ਮੈਂ ਕਿਹਾ ਯਾਰ ਇਹ ਤਾਂ ਬੰਦੇ ਯਾਰ ਇਹ ਨਹੀਂ ਬਸ। ਹਾਂਜੀ, ਮੈਂ ਪਹਿਲਾਂ ਕਿਆ ਕਹਿਣਾ, ਕੇਂਦਰ ਹਰੇਕ ਹਰ ਗੱਲ ਦੇ ਉੱਪਰ ਪੰਜਾਬ ਦੇ ਨਾਲ ਮਥਰੀ ਮਾਨਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਰਹੇ, ਅਸੀਂ ਮੁਹੱਲਾ ਵੀ ਮੇਰੇ ਕੰਮ ਹੀ ਖੁੱਲ੍ਹ ਗਏ ਅਤੇ ਹੋਰ ਸਾਡੇ ਕੰਪਲੈਕਸ ਮੈਂ ਲਾ ਰਹੇ ਹਾਂ। ਅੱਜ ਸਾਡੇ ਨਾਲ ਬਣੇ ਹੋਏ ਹਮਦਰਦ TV 'ਤੇ ਆਪਣੇ ਬਹੁਤ ਹੀ ਦਰਵੇਸ਼ ਸਿਆਸਤਦਾਨ ਕੁਲਵੰਤ ਸਿੰਘ ਪੰਡੋਰੀ, ਜੋ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਲਗਾਤਾਰ 2 ਵਾਰ ਵੱਡੀ ਬਹੁਮਤ ਨਾਲ ਆਪਣੇ ਆਮ ਆਦਮੀ ਪਾਰਟੀ ਟਿਕਟ ਤੋਂ ਜਿੱਤ ਕੇ ਵਿਧਾਇਕ ਬਣੇ ਹਨ, ਅਤੇ ਇਸੇ ਕਾਰਨ ਇਹਨਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ 3ਵੀਂ ਵਾਰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ, ਅਤੇ ਬਹੁਤ ਹੀ ਮਿਹਨਤੀ ਅਤੇ ਦਰਵੇਸ਼ ਸਿਆਸਤਦਾਨ ਵੱਲੋਂ ਜਾਣੇ ਜਾਂਦੇ ਹਨ, ਇੱਕ ਇਮਾਨਦਾਰ ਸ਼ਖਸੀਅਤ ਵੀ ਹਨ। ਆਓ ਅੱਜ ਹਮਦਰਦ TV ਨਾਲ ਇਹਨਾਂ ਨਾਲ ਗੱਲਬਾਤ ਕਰਦੇ ਹਾਂ। MLA ਸਾਹਿਬ, ਚੇਅਰਮੈਨ ਸਾਹਿਬ, ਤੁਹਾਡਾ ਆਪਣੇ ਹਮਦਰਦ TV 'ਤੇ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। MLA ਸਾਹਿਬ, ਆਪਣੇ ਮੋਦੀ ਸਰਕਾਰ ਨੇ, ਕੇਂਦਰ ਸਰਕਾਰ ਨੇ ਜੋ ਬਜਟ ਕੀਤਾ ਹੈ, ਉਹਦੇ ਵਿੱਚ ਪੰਜਾਬ ਨੂੰ ਬਿਲਕੁਲ ਹੀ ਅੱਖੋ ਪਰੋਖੇ ਕੀਤਾ ਗਿਆ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਪੰਜਾਬ ਖੇਤੀ ਪ੍ਰਧਾਨ ਸੂਬਾ ਜੀ, ਸਭ ਤੋਂ ਵੱਧ ਅੰਨ ਪੈਦਾ ਕਰਕੇ ਦਿੰਦਾ, ਅਨਾਜ ਪੈਦਾ ਕਰਕੇ ਦਿੰਦਾ ਜੀ। ਮੋਦੀ ਸਰਕਾਰ ਤਾਂ ਹਰ ਗੱਲ 'ਤੇ ਹੀ ਜਾਣੀ ਕਿ ਪੰਜਾਬ ਨਾਲ ਇੰਨਾ ਵਿਤਕਰਾ ਕਰ ਰਹੀ ਹੈ, ਵੀ ਇਹ ਤਾਂ ਇੱਦਾਂ ਸਮਝਦੇ ਸਾਨੂੰ ਜਿਵੇਂ ਪਾਕਿਸਤਾਨ ਤੋਂ ਅਸੀਂ ਆਏ ਹੁੰਦੇ ਹਾਂ ਜੀ, ਵੀ ਹਰ ਗੱਲ 'ਤੇ ਵਿਤਕਰਾ ਕਰਨਾ, ਕਿਉਂਕਿ ਦੇਸ਼ ਲਈ ਯਾਰ ਅਸੀਂ ਘੱਟੋ ਘੱਟ 90% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਦੇਸ਼ ਲਈ। ਹਾਂਜੀ, ਹਰ ਜਗ੍ਹਾ 'ਤੇ ਸਾਡੀਆਂ ਕੁਰਬਾਨੀਆਂ ਹੁਣ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ, ਹਰ ਕੋਈ ਵੀ ਦੇਸ਼ ਲਈ ਸੰਘਰਸ਼ ਚੱਲਿਆ, ਆਜ਼ਾਦੀ ਦਾ ਸੰਘਰਸ਼ ਚੱਲਿਆ, ਦੇਸ਼ ਹਿੱਕੜਾ ਕੇ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਪੰਜਾਬੀਆਂ ਨੇ ਹਰ ਗੱਲ 'ਤੇ ਧੱਕਾ ਕਰਤਾ ਮੋਦੀ। ਇਸ ਕਰਕੇ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ, ਅਸੀਂ ਵੀ ਦੇਸ਼ ਦੇ ਵਸਿੰਦੇ ਹਾਂ ਅਤੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਆ, ਰਾਜਾ ਹੋ ਕੇ ਹੋਈਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਅਤੇ ਛੋਟਾ ਪਾਣੀ ਦਿਖਾਉਣਾ ਚਾਹੀਦਾ ਵੀ ਪੰਜਾਬ ਨੂੰ ਜਿਹੜੀ ਬਰਾਬਰ ਦਾ ਹੱਕ ਆ ਉਹ ਦੇਣਾ ਚਾਹੀਦਾ। ਹੁਣ ਤਾਂ ਸਾਡਾ ਹੋਰ ਵੀ ਜੇ RDF ਦਾ ਪੈਸਾ 8,000 ਕਰੋੜ ਤੋਂ ਵੀ ਵੱਧ ਰੁਪਈਆ ਪਿਆ, ਮੰਡੀਆਂ ਸਾਡੀਆਂ ਦਾ ਪੈਸਾ ਪਿਆ ਉੱਥੇ, ਸੜਕਾਂ ਸਾਡੀਆਂ ਬਣ ਵਾਲੀਆਂ ਪਈਆਂ ਨੇ, ਕਿੰਨੇ ਟਾਈਮ ਦਾ ਪੈਸਾ ਰੱਖੀ ਬੈਠਾ, ਤੁਹਾਡੀ ਅਦਾਲਤ 'ਚ ਵੀ ਚਲੇ ਗਏ, ਤੁਹਾਡੀ ਕਹਿੰਦਾ ਮਤਲਬ ਪੰਜਾਬ ਦਾ ਬਹੁਤ ਵੱਡਾ ਵਿਤਕਰਾ ਕੇਂਦਰ ਸਰਕਾਰ ਹਰ ਹਰ ਗੱਲ 'ਤੇ ਵਿਤਕਰਾ ਕਰਦੇ ਨੇ ਜੀ, ਹਰ ਗੱਲ 'ਤੇ। ਹੁਣ ਪਿੱਛੇ ਤੁਸੀਂ ਲਾ ਲਓ ਸੰਭੂ ਬਾਰਡਰ 'ਤੇ ਬੈਠਿਆ ਕਿਸਾਨ, ਹਾਂਜੀ ਯਾਰ, ਉੱਥੋਂ ਦੇ ਜਿਹੜੇ ਅਫਸਰਾਂ ਨੇ ਸਾਡਾ ਸੁਭਦੀਪ ਮੁੰਡਾ ਨੌਜਵਾਨ ਸ਼ਹੀਦ ਕੀਤਾ ਗਿਆ, ਹਾਂਜੀ ਗੋਲੀ ਮਾਰੀ ਗਈ ਉਹਦੇ, ਹਾਂਜੀ, ਅਤੇ ਉਹਦੇ ਜਿਹੜੇ ਅਫਸਰ ਸੀ ਉਹਨੂੰ ਮੋਦੀ ਬੁਲਾ ਕੇ ਸਨਮਾਨ ਕਰ ਰਹੇ, ਹਾਂਜੀ ਦੇਖੋ ਯਾਰ ਅਸੀਂ ਕੋਈ ਪਾਕਿਸਤਾਨ ਤੋਂ ਆ, ਹਾਂਜੀ ਉਹਦਾ ਹੱਕ ਮੰਗਣ ਸਨਮਾਨ ਕੀਤਾ ਜਾ ਰਿਹਾ, ਲੋਕਤੰਤਰ ਦੇ ਦੁਆਰਾ ਹਰੇਕ ਨੂੰ ਹੱਕ ਮੰਗਣ ਦਾ ਅਧਿਕਾਰ ਹੈ,
ਜੇ ਕੋਈ ਪ੍ਰੋਟੈਕਟ ਕਰਦਾ ਤਾਂ ਇਹ ਥੋੜ੍ਹੀ ਹੈ ਵੀ ਉਹਦੇ ਆਪਾਂ ਗੋਲੀ ਚਲਾ ਦਿਉ ਜੀ, ਜੇ ਗੋਲੀਆਂ ਚਲਾਉਣ ਨੂੰ ਸਨਮਾਨਿਤ ਕਰੋ। ਇਸ ਕਰਕੇ ਮੋਦੀ ਨੂੰ ਇਹ ਵਿਤਕਰਾ ਬੰਦ ਕਰਨਾ ਚਾਹੀਦਾ ਵੀ ਇਹ ਦੇਸ਼ ਲਈ ਅਤੇ ਜਿਹੜਾ ਸਮਾਜ ਦੇ ਲਈ ਹਾਂਜੀ ਇਹ ਬਹੁਤ ਘਾਤਕ ਹੁੰਦਾ ਜੀ। ਇੱਕ ਆਪਣੇ ਪੰਜਾਬ ਦੇ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਹਮੇਸ਼ਾ ਖੜਕਦੀ ਰਹਿੰਦੀ ਹੈ, ਇਹ ਕਿਉਂ ਖੜਕਦੀ ਰਹਿੰਦੀ ਹੈ, ਇਹ ਮਾੜਾ ਚਾਨਣਾ ਪਾਓ। ਇਹ ਖੜਕਣ ਵਾਲੀ ਗੱਲ ਹੈ ਜੀ, ਦੇਖੋ ਰਾਜਪਾਲ ਰਾਜਪਾਲ ਹੁੰਦਾ ਜੀ, ਮੁੱਖ ਮੰਤਰੀ ਸਟੇਟ ਦਾ ਰਾਜਾ ਹੁੰਦਾ ਜੀ। ਮੁੱਖ ਮੰਤਰੀ ਨੇ ਜੋ ਵੀ ਸਾਡੇ ਮੰਤਰੀ ਸਾਹਿਬਾਨ ਜੀ ਮੀਟਿੰਗ ਦੇ ਵਿੱਚ ਮਤਾ ਲੈ ਕੇ ਆਉਂਦੇ ਉਹਨੇ ਪਾਸ ਕਰਨਾ ਹੁੰਦਾ ਜੀ, ਅਤੇ ਉਹ ਤਾਂ ਆਪ ਮੁੱਖ ਮੰਤਰੀ ਕਹਿੰਦਾ ਵੀ ਸਾਰਾ ਕੁਛ ਕਰਨਾ ਹੀ ਮੈਂ ਇਹਦਾ ਮੁੱਖ ਰਾਜਪਾਲ ਤਾਂ ਪ੍ਰਚਾਰ ਕਰੀ ਜਾਂਦਾ ਬੀਜੇਪੀ ਦਾ ਮੋਦੀ ਦੇ ਕਹਿਣ 'ਤੇ। ਅੱਛਾ ਜੀ, ਅਤੇ ਇਦੋਂ ਲੋਕਤੰਤਰ ਦਾ ਕਾਰਨ ਕੀ ਹੋ ਸਕਦਾ? ਦੇਖੋ ਰਾਜਪਾਲ ਦਾ ਇੱਕ ਸਤਿਕਾਰਯੋਗ ਤਾਂ ਹੁੰਦਾ, ਰਾਜਪਾਲ ਨੂੰ ਉੱਥੇ ਟੇਕ ਕੇ ਰਹਿਣਾ ਚਾਹੀਦਾ ਕਿਉਂਕਿ ਲੋਕਤੰਤਰ ਦੁਆਰਾ ਚੁਣ ਕੇ MLA ਜਾਂਦੇ ਨੇ, ਮੰਤਰੀ ਬਣਦੇ ਜਾਂਦੇ ਨੇ, ਉਹ ਲੋਕਾਂ ਦੀਆਂ ਮੰਗਾਂ ਹੁੰਦੀਆਂ, ਪੰਜਾਬ ਦੀਆਂ, ਪੰਜਾਬ ਦੀਆਂ ਮੰਗਾਂ ਨੂੰ ਕੈਬਨਿਟ ਦੇ ਵਿੱਚ ਪਾਸ ਕਰਨਾ ਹੁੰਦਾ, ਉਹੀ ਮਤਾ ਉਹਨਾਂ ਕੋਲ ਜਾਂਦਾ ਉਹਨਾਂ ਨੂੰ ਪਾਸ ਕਰ। ਪਹਿਲਾਂ ਸਾਰੇ ਰਾਜਪਾਲ ਕਰਦੇ ਹੀ ਰਹੇ ਨੇ ਜੀ, ਇਹ ਰਾਜਪਾਲ ਹੀ ਥੋੜ੍ਹਾ ਜਿਹਾ ਆਊਟ ਸਾਈਡ ਉਹਦੇ ਦੀ ਉਹ ਆਪਣੇ ਬਿਲਕੁਲ ਦੁਰਵਰਤੋਂ ਕਰਦੇ ਆ ਜੀ, ਉਹਦੇ ਦੀ ਬਿਲਕੁਲ ਦੁਰਵਰਤੋਂ ਕਰਦੇ ਆ ਉਹਦੇ ਦੀ ਮੋਦੀ ਦੇ ਕਹਿਣ 'ਤੇ ਬੀਜੇਪੀ ਦਾ ਪ੍ਰਚਾਰ ਕਰਨਾ, ਕਿਉਂਕਿ ਰਾਜਪਾਲ ਜਦੋਂ ਹੁੰਦਾ ਸਾਰਿਆਂ ਦਾ ਜੀ, ਹਾਂ ਸਾਰੀਆਂ ਪਾਰਟੀਆਂ ਨੇ ਉਹਨਾਂ ਕੋਲ ਜਾਣਾ ਹਾਂਜੀ, ਇੱਕ ਨਿੱਜੀ ਤੌਰ 'ਤੇ ਪੰਜਾਬ ਨੂੰ ਟਾਰਗੇਟ ਕਰਨਾ, ਪੰਜਾਬ ਦੇ ਮੁੱਖ ਮੰਤਰੀ ਨੂੰ ਟਾਰਗੇਟ ਕਰਨਾ, ਇਹ ਸੋਭਾ ਜੀ। ਇੱਕ ਬਾਦਲਾਂ ਨੇ ਜੋ ਆਪਣੇ ਸੁੱਖ ਬਲਾਸ ਬਣਾਇਆ ਸੀਗਾ ਉਹਦੇ ਉੱਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਵੀ ਮੈਨੂੰ ਸਾਰੇ ਪਰੂਫ ਮਿਲ ਗਏ ਨੇ ਅਤੇ ਹੁਣ ਇਹ 'ਤੇ ਕਾਰਵਾਈ ਹੋਊਗੀ, ਅਤੇ ਇਹ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਬਾਦਲਾਂ ਨੂੰ ਹੁਣ ਕੀ ਕਹਿਣਾ ਜੀ, ਬਾਦਲਾਂ ਨੂੰ ਤਾਂ ਤੁਹਾਨੂੰ ਪਤਾ ਵੀ ਲੋਕਾਂ ਨੇ ਬਹੁਤ ਜਲੰਧਰ ਦੇ ਵਿੱਚ ਵੀ ਦੇਖ ਲਓ ਵੀ ਉਹਨਾਂ ਦਾ ਨੋਟਾਂ ਨੇ ਮੁਕਾਬਲਾ ਸੀਗਾ ਹਾਂਜੀ, ਅਕਾਲੀ ਦਲ ਨੂੰ ਜਿਹੜੇ ਵੱਡੇ ਲੀਡਰ ਸੀ ਉਹ ਸਾਰੇ ਸਾਡੇ ਕੋਲ ਜਾ ਰਹੇ ਨੇਗੇ, ਕਿਉਂਕਿ ਸਾਰਿਆਂ ਨੂੰ ਪਤਾ ਲੱਗਿਆ ਵੀ ਇਹਨਾਂ ਨੇ ਧੱਕੇ ਸਾਹੀਆਂ ਕੀਤੀਆਂ ਨੇਗੀਆਂ, ਜਿਹੜਾ ਲੁੱਟਮਾਰ ਦਾ ਪੈਸਾ ਸੀਗਾ ਉਹ ਸਫਲਾਸ਼ 'ਤੇ ਲਾਇਆ, ਅਤੇ ਉਹ ਜਿਹੜਾ ਲੁੱਟਮਾਰ ਕੀਤੀ ਹੁੰਦੀ ਆ ਉਹ ਕਦੇ ਨਾ ਕਦੇ ਸਾਹਮਣੇ ਤਾਂ ਆਉਂਦੀ ਆ, ਜੋ ਕਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਇੰਨਾ ਸੋਚ ਵੀ ਨਹੀਂ ਸਕਦੇ, ਕਹਿੰਦੇ ਇੰਨੇ ਮਹਿੰਗੇ ਰੂਮ ਆ ਪੰਜਾਬ ਦੇ ਲੋਕ ਤਾਂ ਉੱਥੇ ਰਹਿ ਨਹੀਂ ਸਕਦੇ। ਅੱਛਾ ਜੀ, ਇੰਨੇ ਮਹਿੰਗੇ ਰੂਮ ਆ, 5-5 ਲੱਖ ਦਾ ਦੱਸਦੇ ਆ ਵੀ ਇੱਕ ਰਾਤ, ਮੈਂ ਹੈਰਾਨ ਹਾਂ ਯਾਰ ਇੱਕ ਰਾਤ 'ਚ ਕੀ 5 ਲੱਖ ਦਾ ਬੰਦਾ ਕਰ ਲੈਂਦਾ ਹੋਊ, ਯਾਨੀ ਕਿ ਉਹ ਬਹੁਤ ਲੁੱਟ ਦੀ ਕਮਾਈ ਉਹਨਾਂ ਨੇ ਉੱਥੇ ਲਾਈ ਆ। ਅਤੇ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਖੋ ਇੱਕ ਇਮਾਨਦਾਰ ਬੰਦੇ ਨੇ, ਉਹ ਦਿਲੋਂ ਪੰਜਾਬ ਦੇ ਇੱਕ ਰੁਪਈਏ ਦਾ ਹਿਸਾਬ, ਉਹਦਾ ਕੋਈ ਨਿੱਜੀ ਦੁਸ਼ਮਣੀ ਥੋੜ੍ਹੀ ਆ ਮੁੱਖ ਮੰਤਰੀ ਸਾਹਿਬ ਦੀ, ਮਾਨ ਸਾਹਿਬ ਦੀ ਕੋਈ ਬਾਦਲਾਂ ਨਿੱਜੀ ਦੁਸ਼ਮਣੀ ਥੋੜ੍ਹੀ ਆ, ਪੰਜਾਬ ਦੇ ਮੁੱਖ ਮੰਤਰੀ ਨੇ ਉਹ, ਉਹਨਾਂ ਕਦੇ ਪੰਜਾਬ ਦਾ ਇੱਕ ਰੁਪਈਏ ਦਾ ਹਿਸਾਬ ਹਰੇਵੇਂ ਲੋਕਾਂ ਤੋਂ ਲੈਣਾ ਵੀ ਉਹ ਲੋਕਾਂ ਦਾ ਪੈਸਾ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਜੀ, ਉਹ ਬਿਲਕੁਲ ਲੈ ਕੇ ਹਟੂਗਾ ਜੀ। ਠੀਕ ਹੈ, ਅਤੇ ਇੱਕ ਸੁਣਿਆ ਕਹਿੰਦੇ ਤੁਸੀਂ ਸਵੇਰੇ ਬਿਨਾਂ ਨਹਾਏ ਆਪਣੇ ਲੋਹਰ 'ਚ ਸਵੇਰੇ ਬੂਟੇ ਲਾਉਣ ਜਾਂਦੇ ਹੋ, ਅਤੇ ਉਹ ਹੁਣ ਜਿਹੜੇ ਤੁਸੀਂ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਤੁਹਾਨੂੰ ਦੇਖ ਕੇ ਪ੍ਰਸ਼ਾਸਨ ਨੇ ਵੀ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਸ਼ੁਰੂ ਕਰ ਦਿੱਤੀ ਹੈ, ਕੀ ਕਹਿਣਾ ਚਾਹੋਗੇ? ਇਹ ਦੇਖੋ ਜੀ, ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਐਤਕੀ ਬੜਾ ਜ਼ੋਰ ਲਾਇਆ ਕਿ ਸਾਉਣ ਮਹੀਨਾ ਬੜਾ ਮਹੱਤਤਾ ਰੱਖਦਾ ਸਾਡੇ ਪੰਜਾਬ ਦੇ ਲਈ ਅਤੇ ਸਾਰੇ ਦੇਸ਼ ਦੇ ਲਈ, ਕਿਉਂ ਇਹ ਮਹੀਨੇ ਦੇ ਵਿੱਚ ਸਾਰੇ ਦਰੱਖਤ ਨਵੇਂ ਖੁੱਲ੍ਹਦੇ ਨੇ, ਲੋਕਾਂ ਵਿੱਚ ਵੀ ਤਬਦੀਲੀ ਆਉਂਦੀ ਹੈ, ਤੀਆਂ ਦੇ ਤਿਉਹਾਰ ਲੱਗਦੇ ਨੇ, ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਦਾ, ਅਤੇ ਇਹ ਜਿਹੜੇ ਪੌਦੇ ਨੇਗੇ ਦਰੱਖਤ ਨੇਗੇ ਇਹ ਸਾਨੂੰ ਜਿੱਥੇ ਆਕਸੀਜਨ ਦਿੰਦੇ ਨੇ ਉੱਥੇ ਇਹਨਾਂ ਤੋਂ ਸਾਨੂੰ ਸਾਰੀ ਜ਼ਿੰਦਗੀ ਸਾਡੇ 'ਤੇ ਇੱਕ ਪੌਦਾ ਆਪਦੀ ਲਾ ਆਉਂਦਾ। ਜਦੋਂ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਣੇ ਘਰ ਕੋਈ ਬੱਚਾ ਜਨਮ ਲੈਂਦਾ ਆਪਾਂ ਨਿੰਮ ਬੰਨਦੇ ਹਾਂ, ਉਹ ਐਂਟੀਬਾਇਓਟਿਕ ਹੁੰਦੀ ਹੈ, ਨਿੰਮ ਬੰਨਣ ਤੋਂ ਬਾਅਦ ਸਾਡੀਆਂ ਪੁਰਾਣੀਆਂ ਮਤਾਵਾਂ ਤਾਂ ਮਤਾਵਾਂ ਮੰਜੇ 'ਤੇ ਵੀ ਨਿੰਮ ਰੱਖ ਦਿੰਦੀਆਂ ਸੀਗੀਆਂ, ਗੇਟ ਨੂੰ ਵੀ ਬੰਨਦੀਆਂ ਸੀ ਬਾਹਰ ਵੀ ਕਿ ਬੰਦਾ ਆਵੇ ਵੀ ਉਹ ਯਾਰ
ਐਂਟੀਬਾਇਓਟਿਕ ਕਰਕੇ ਬੜੀ ਮਾਨਤਾ ਸੀ ਡਾਕਟਰਾਂ ਨੂੰ, ਅਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਬੰਦਾ ਦੁਨੀਆਂ ਦੇ ਉੱਪਰ ਰੁਖਸਤ ਹੁੰਦਾ ਹੈ ਅਤੇ ਰਹਿ ਜਾਂਦਾ ਤਾਂ ਉਦੋਂ ਪੂਰਾ ਦਰਖਤ 4-5 ਕੁਆਟਰ ਲੱਕੜਾਂ ਦਿੰਦੀਆਂ ਰਹੀਆਂ, ਹਾਂਜੀ ਸਾਰਾ ਦਰਖਤ ਲੱਗ ਜਾਂਦਾ ਜਿਹੜੇ ਰੁੱਖ ਅਤੇ ਤਾਂ ਹੀ ਆਪਾਂ ਨੂੰ ਸੌਖਾ, ਰੁੱਖ ਹੀ ਆਪਣੀ ਜ਼ਿੰਦਗੀ ਹੈ। ਇਸ ਕਰਕੇ ਸਾਰੇ ਮਨੁੱਖ ਨੂੰ, ਮੈਂ ਤਾਂ ਕਹਿੰਦਾ ਸਾਰੇ ਪੰਜਾਬ ਦੇ ਲੋਕਾਂ ਨੂੰ, ਹਰ ਮਨੁੱਖ ਨੂੰ ਇੱਕ ਇੱਕ ਰੁੱਖ ਹੈ ਜਿਹੜਾ ਲਾਉਣਾ ਚਾਹੀਦਾ। ਮੈਂ ਸਵੇਰੇ ਹੁਣ ਜਾਂਦਾ, ਮੈਂ ਸਾਰੇ ਪਿੰਡਾਂ ਦੇ ਵਿੱਚ 1000-1000 ਬੂਟਾ ਤੋਂ ਸਾਰੇ ਪਿੰਡਾਂ 'ਚ ਅਸੀਂ ਲਾਉਣਾ। ਅੱਛਾ ਜੀ, ਲੱਖ ਤੋਂ ਵੀ ਉੱਪਰ ਕਰੀਬ ਆਪਦੇ ਹਰ ਖੇਤ ਵਿੱਚ ਬੂਟਾ ਲਾ ਰਹੇ ਹਾਂ, ਪੌਦੇ ਲਾ ਰਹੇ ਹਾਂ, ਅਤੇ ਲੋਕ ਬੜਾ ਮੈਂ ਧੰਨਵਾਦ ਕਰਦਾ, ਇੰਨਾ ਕੁ ਸਹਿਯੋਗ ਦਿੰਦੇ ਨੇ। ਮੈਂ ਸਵੇਰੇ ਨਾ ਫਰਨਾ ਬੰਨ ਕੇ ਚਲਾ ਜਾਂਦਾ ਅਤੇ 150-200 ਬੰਦਾ ਪਿੰਡ ਦਾ ਮੇਰੇ ਨਾਲ ਲੱਗ ਕੇ ਬੂਟੇ ਲਗਾਉਣੇ। ਅਸੀਂ ਪਾਲਦੇ ਹਾਂ, ਇਕੱਲੇ ਲਾਉਂਦੇ ਨਹੀਂ ਗੇ ਵੀ ਚਲੋ ਫੋਟੋ ਲਾ ਲਈਏ, ਐਸਾ ਨਹੀਂ ਮੰਨਦੀ। ਅਸੀਂ ਦੇਖਭਾਲ ਲਈ ਕੋਈ ਬੰਦੇ ਰੱਖੇ ਹੋਏ, ਦੇਖਭਾਲ ਦੇ ਲਈ ਨਰੇਗਾ ਦੇ ਵਿੱਚੋਂ 1500 ਬੂਟੇ ਦੇ ਮਗਰ ਅਸੀਂ 2 ਬੰਦੇ ਰੱਖ ਦਿੰਦੇ ਹਾਂ ਠੀਕ, ਅਤੇ ਉਹ ਪਾਲਦੇ ਆ, ਉਹਦੇ ਉੱਪਰ ਦੀ ਤਾਰ ਵੀ ਫੇਰਦੇ ਆ, ਜੰਗਲ ਪਿੰਡ ਪਿੰਡ ਲਾ ਰਹੇ ਹਾਂ ਜੰਗਲ। ਇਸ ਕਰਕੇ ਸਾਨੂੰ ਸਾਰਿਆਂ ਨੂੰ, ਮੈਨੂੰ ਤਾਂ ਇੰਨਾ ਸਹਿਯੋਗ ਮਿਲ ਰਿਹਾ, ਮੈਂ ਤਾਂ ਰੋਟੀ ਵੀ ਉਦੋਂ ਦੀ ਘਰੇ ਖਾਧੀ ਸਵੇਰੇ, ਹੁਣ ਵੀ ਅੱਜ ਮੈਂ ਰੋਟੀ ਖਾਧੀ ਨਹੀਂ, ਅੱਜ ਮੈਂ ਸਾਰੇ ਪਿੰਡ ਖਾ ਲਈਆਂ ਜਾ ਕੇ। ਅੱਛਾ, ਉੱਥੇ ਹੀ ਪੌਦੇ ਲਾਉਣੇ ਆ। ਮੇਰਾ ਕਹਿਣ ਦਾ ਭਾਵ ਯਾਰ, ਲੋਕਾਂ ਨੂੰ ਹੱਲਾਸੇਰੀ ਦੀ ਲੋੜ ਹੁੰਦੀ ਹੈ ਜੀ, ਅਤੇ ਲੋਕ ਬੜਾ ਸਹਿਯੋਗ ਕਰਦੇ ਆ, ਮੈਂ ਬੜਾ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ, ਅਤੇ ਹਰ ਇੱਕ ਵਿਅਕਤੀ ਦਾ ਸਾਥ ਦੇਵੇ, ਕਿਉਂਕਿ ਜਿਹੜੀ ਹਵਾ ਆਕਸੀਜਨ ਉਹ ਸਾਰਿਆਂ ਨੂੰ ਚਾਹੀਦੀ ਆ। ਆਹ ਕਰੋਨਾ ਮੌਕੇ ਦੇਖਿਓ ਆਪਾਂ ਕਿੱਦਾਂ, ਹਾਂਜੀ, ਜਿੱਥੇ ਸੰਘਣੇ ਜਿਹੇ ਦਰਖਤ ਸੀ ਯਾਰ, ਉੱਥੇ ਸਾਰਾ ਸੌਖਾ ਰਹੂਗਾ, ਉੱਥੇ ਜਿੱਥੇ ਬਰੋਟੇ ਆ, ਪਿੱਪਲ ਲੱਗੇ ਹੋਏ ਆ ਜਿਹੜੇ, ਉੱਥੇ ਵੀ ਆਪਾਂ ਚਲੀਏ। ਮੈਂ ਦੇਖਿਆ ਬਜ਼ੁਰਗ ਉੱਥੇ ਮੰਜੇ ਡਾਹੀ ਬੈਠੇ ਹੁੰਦੇ, ਉਹਨਾਂ ਨੂੰ ਕੁਛ ਨਹੀਂ ਹੋਇਆ, ਬਜ਼ੁਰਗਾਂ ਨੂੰ ਕਿਉਂ ਨਹੀਂ ਹੋਇਆ, ਉਹ ਕੁਦਰਤ ਨਾਲ ਜੁੜੇ ਹੋਏ ਆ। ਆਪਾਂ ਕੁਦਰਤ ਨਾਲ ਛੇੜ ਛਾੜ ਕਰਦੇ ਹਾਂ, ਕੁਦਰਤ ਨੂੰ ਜੇ ਪਿੱਛੇ ਹਟਾਂਗੇ ਕੁਦਰਤ ਉੱਥੇ ਹੀ ਮਾਰ ਕਰਦੀ ਹੈ ਸਾਨੂੰ ਸਾਰਿਆਂ ਨੂੰ। ਕੁਦਰਤ ਨੂੰ ਤਾਂ ਜੇ ਆਪਾਂ ਕੁਦਰਤ ਨੂੰ ਨਾ ਥੋੜ੍ਹਾ ਜਿਹਾ ਕੁਛ ਦੇਈ, ਕੁਦਰਤ ਆਪਾਂ ਨੂੰ ਬਹੁਤ ਕੁਛ ਦਿੰਦੀ ਹੈ ਜੀ, ਬਹੁਤ ਕੁਛ ਦਿੰਦੀ ਹੈ ਕੁਦਰਤ। ਜਿੰਨਾ ਮੰਨ ਲਓ ਵੀ ਉਹੋ ਜਿਹੇ ਪੌਦੇ ਨੇ, ਮੰਨ ਲਓ ਸਿਹਾਂਜਣਾ ਪੌਦਾ, ਆਜਣ ਪੌਦਾ, ਇਹ ਸਿਹਾਂਜਣਾ ਇੱਕ ਉਹੋ ਜਿਹਾ ਪੌਦਾ ਵਾ ਜੀ, ਉਹਦੇ 10 ਪੱਤੇ ਸਵੇਰੇ ਖਾ ਜੀ, 10 ਸ਼ਾਮ ਨੂੰ ਖਾ ਲਾ, ਮੈਨੂੰ ਲੱਗਦਾ ਵੀ ਕੈਂਸਰ ਤੱਕ ਦਾ ਰੋਗ ਨਹੀਂ ਹੁੰਦਾ। ਅੱਛਾ, ਕੋਈ ਤਾਂ ਕਿੰਨੇ ਤਰ੍ਹਾਂ ਦਾ ਕਹਿੰਦਾ, 220 ਤਰ੍ਹਾਂ ਤੋਂ ਵੀ ਵੱਧ ਰੋਗ ਠੀਕ ਕਰਦਾ। ਠੀਕ ਹੈ ਜੀ, ਇੰਨਾ ਵਧੀਆ ਪੌਦਾ ਉਹ ਹਰ ਇੱਕ ਨੂੰ ਆਪਦੇ ਘਰੇ ਲਾਉਣਾ ਚਾਹੀਦਾ। ਅਤੇ ਮੈਂ ਤਾਂ ਸਵੇਰੇ ਸ਼ਾਮ ਖਾਂਦਾ ਭਰਾਵਾ, ਮੈਂ ਕੋਈ ਗੋਲੀ ਨਹੀਂ ਲੈਂਦਾ, ਕੋਈ ਮੇਰਾ ਬੀਪੀ ਨਹੀਂ ਵੱਧਦਾ, ਸਾਰੇ ਪਰਮਾਤਮਾ ਦੀ ਕਿਰਪਾ ਨਾਲ ਲੋਕਾਂ ਦੀ ਸਾਰਾ ਕੁਛ ਸੈੱਟ ਆ। ਜੇ ਕੁਦਰਤ ਨਾਲ ਜੁੜਾਂਗੇ, ਇੱਦਾਂ ਹੀ ਅਰਜਣ ਦਾ ਬੂਟਾ ਉਹ ਵੀ ਹਾਰਟ ਦੇ ਲਈ ਬੜਾ ਲਾਭਦਾਇਕ ਆ। ਇਸ ਕਰਕੇ ਸਾਨੂੰ ਪੌਦਿਆਂ ਨੂੰ ਪਿਆਰ ਕਰਨਾ ਚਾਹੀਦਾ, ਪੌਦੇ ਸਾਨੂੰ ਬਹੁਤ ਕੁਛ ਦਿੰਦੇ, ਫਲ ਜਿੱਥੇ ਦਿੰਦੇ ਆ ਉੱਥੇ ਆਕਸੀਜਨ ਦਿੰਦੇ ਆ, ਉੱਥੇ ਹਰ ਤਰ੍ਹਾਂ ਦਾ ਆਪਾਂ ਨੂੰ ਸਹਾਇਤਾ ਕਰਦਾ ਜੜੀਆਂ ਬੂਟੀਆਂ ਤੋਂ। ਇੱਕ ਮੈਨੂੰ ਵਿੱਚ ਦੀ ਪੋਲੀਟੀਕਲ ਗੱਲ ਯਾਦ ਆ ਗਈ, ਬਿਕਰਮ ਜੀ ਮਜੀਠੀਆ ਕਹਿੰਦੇ ਵੀ ਪੰਜਾਬ ਵਿੱਚ ਪਾਰਟੀ 2 ਫੜ ਹੋ ਗਈ ਹੈ, ਆਮ ਆਦਮੀ ਪਾਰਟੀ, ਕਹਿੰਦੇ ਵੀ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾ ਕੇ ਅਤੇ ਜਿਹੜੇ ਵਿਧਾਨ ਸਭਾ ਸਪੀਕਰ ਨੇ ਸੰਧਵਾ ਨੇ ਉਹਨਾਂ ਨੂੰ ਮੁੱਖ ਮੰਤਰੀ ਲਾਇਆ ਜਾਊਗਾ, ਇਹਦੇ ਬਾਰੇ ਕੀ ਕਹਿਣਾ ਤੁਹਾਨੂੰ? ਕੋਈ ਤਾਂ ਕਦੇ ਮਜੀਠੀਆ ਕਹਿ ਦਿੰਦਾ, ਇੱਕ ਕਦੇ ਬਾਜਵਾ ਕਹਿ, ਇਹਨਾਂ ਦੀਆਂ ਆਦਤਾਂ ਬਣੀਆਂ ਹੋਈਆਂ ਨੇ, ਕਿਉਂਕਿ ਇਹ ਕੁਛ ਵੀ ਬੋਲ ਦਿੰਦੇ ਨੇ, ਕਿਉਂਕਿ ਇਹਨਾਂ ਨੇ ਕਿਹਾ ਕੋਈ ਸਮਝਦਾਰੀ ਨਾਲ ਬੋਲਣਾ ਹੁੰਦਾ ਜੀ। ਅਤੇ 15 ਤੁਸੀਂ ਕਿਤੇ ਕਹਿੰਦੇ ਸਾਡਾ 20 ਆ ਗਏ, 35 ਆ ਗਏ, ਸਾਡਾ 1 ਵੀ MLA ਜਾਣ ਵਾਲਾ ਨਹੀਂ ਗਾ, ਕਿਉਂਕਿ ਕਿਰਤੀ ਘਰਾਂ ਦੇ ਲੋਕ ਆਮ ਘਰਾਂ ਦੇ ਉੱਤੇ ਲੋਕਾਂ ਨੇ ਚੁਣੇ ਨੇਗੇ, ਅਤੇ ਸਾਡੇ ਮਾਣਯੋਗ ਮੁੱਖ ਮੰਤਰੀ ਅਤੇ ਸਾਰੇ ਇਮਾਨਦਾਰ ਮੁੱਖ ਮੰਤਰੀ ਆ, ਸਾਰੇ ਵਿਸ਼ਵਾਸ ਕਰਦੇ ਨੇ ਸਾਡੇ ਜੱਤੀ ਪਰ, ਵੀ ਇਹ ਧਾਗੇ ਜਿਹੜਾ ਵੀ ਉਹ ਨਹੀਂ ਹੈਗਾ, ਇਹ ਤਾਂ ਇਹਨਾਂ ਦੇ ਕਹਿਣ ਦੀਆਂ ਗੱਲਾਂ ਨੇ, ਤਾਂ ਆਪਦੀ ਬਚਾ ਕੇ ਰੱਖਣਾ, ਇਹਨਾਂ ਤਾਂ ਇਹਨਾਂ ਦਾ ਨਿੱਤ 2-4 ਭੱਜ ਜਾਂਦੇ ਆ ਅਕਾਲੀ ਦਲ ਦੇ, ਅਤੇ ਪੁਰਾਣੇ ਵੀ ਜਿਹੜੇ ਜਿਵੇਂ ਇਹਨਾਂ ਦੇ ਖੁੰਡ ਸੀ ਉਹ ਵੀ ਚਲੇ ਗਏ ਇਹਨਾਂ ਨਾਲੋਂ, ਇਹ ਆਪਦੀ ਪਾਰਟੀ ਬਚਾ ਕੇ ਰੱਖਣ, ਸਾਡੇ ਕੋਈ ਸਾਨੂੰ ਕੋਈ ਖਤਰਾ ਨਹੀਂ ਹੈਗਾ, ਸਾਡੇ ਬੜੇ ਤਨਦੇਹੀ ਦੇ ਨਾਲ ਪੰਜਾਬ ਦੇ ਵਿੱਚ ਲੱਗੇ ਹੋਏ ਨੇ, ਇਸ ਤਰ੍ਹਾਂ ਹੀ ਲੱਗੇ ਰਹਿਣਗੇ। ਸਿਰਫ ਜਿਵੇਂ ਬਾਦਲਾਂ ਨੇ ਆਪਦੇ ਰਾਜ 'ਚ ਕਰੋੜਾਂ ਰੁਪਏ ਦੀ ਸੰਪੱਤੀ ਬਣਾ ਲਈ, ਕਰੋੜਾਂ ਅਰਬਾਂ ਰੁਪਏ ਦੀ,
ਸੰਮਤੀ ਬਣਾ ਲਈ, ਹੋਟਲ ਬਣਾ ਲਏ, ਸੁੱਖ ਵਿਲਾਸ ਬਣਾ ਲਿਆ, ਹੈ ਨਾ। ਤੁਹਾਡੇ 'ਤੇ ਵੀ ਦੋਸ਼ ਲੱਗਿਆ ਆਪਣੇ ਸੁਖਪਾਲ ਖਹਿਰਾ ਨੇ ਵੀ ਤੁਸੀਂ ਵੀ ਕਰੋੜਾਂ ਰੁਪਏ ਦੀ ਸੰਪੱਤੀ ਬਣਾ ਲਈ, ਉੱਥੇ ਬੰਗਲਾ ਪਾ ਲਿਆ ਚੰਡੀਗੜ੍ਹ, ਅਤੇ ਇੱਥੇ ਪਿੰਡ 'ਚ ਜ਼ਮੀਨ ਲੈ ਲਈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਸੁਖਪਾਲ ਖਹਿਰਾ ਤਾਂ ਇੱਕ ਉਹ ਜਿਹਾ ਬੰਦਾ ਮੈਂ ਦੇਖਿਆ, ਵੈਸੇ ਮੈਂ ਉਹਦੇ ਨਾਲ ਵੀ ਰਿਹਾ ਵਾਂ, ਅਤੇ ਜਦੋਂ ਇੱਥੇ ਆਇਆ ਸਾਡੇ ਮਹਿਰ ਕਲਾਂ ਅਤੇ ਕਹਿੰਦਾ ਯਾਰ ਇੱਥੇ ਐੱਮ ਐੱਲ ਏ ਕੋਈ ਪਟੋਰੀ ਪਟਾਰੀ ਹੈ। ਅੱਛਾ, ਪਹਿਲੀ ਗੱਲ ਤਾਂ ਯਾਰ ਬੰਦੇ ਦਾ ਯਾਰ ਮਾੜਾ ਮੋਟਾ ਦੇਖੋ, ਵੱਡੇ ਇਹਨਾਂ ਲੋਕਾਂ ਤੋਂ ਹੀ ਜਿਹੜੇ ਹੁਣ ਐੱਮ ਐੱਲ ਏ ਨਵੇਂ ਬਣ ਕੇ ਜਾਣਗੇ, ਸਾਨੂੰ ਪਹਿਲਾਂ ਐਂ ਲੱਗਦਾ ਸੀ ਯਾਰ ਇਹਨਾਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲੂਗਾ। ਜਦੋਂ ਨਾਲ ਇਹਨਾਂ ਦੇ ਵਿਚਰ ਕੇ ਦੇਖਿਆ, ਇਹਨਾਂ ਦੇ ਕਿਰਦਾਰ ਦੇਖੇ, ਮੈਂ ਯਾਰ ਇਹ ਤਾਂ ਬੰਦੇ ਯਾਰ ਹੈ ਹੀ ਨਹੀਂ ਬਸ। ਹਾਂਜੀ, ਮੇਰਾ ਕਹਿਣ ਦਾ ਭਾਵ ਇਹਨਾਂ ਤੋਂ ਸਿੱਖਣ ਦੀ ਬਜਾਏ, ਸਾਡੇ ਵਾਲੇ ਬੰਦੇ ਤਾਂ ਉਦੋਂ ਕਿੰਨੇ ਪੜ੍ਹ ਲਿਖ ਕੇ ਵਧੀਆ ਬੋਲੇ ਵਿਧਾਨ ਸਭਾ ਦੇ ਵਿੱਚ, ਹੁਣ ਇੱਥੇ ਇਲੈਕਸ਼ਨਾਂ ਦੇ ਵਿੱਚ ਕੁਛ ਵੀ ਬੋਲ ਦਿੰਦੇ ਨੇ। ਮੇਰੇ ਲੋਕ ਪਿੰਡ ਦੇ ਲੋਕ, ਮੈਂ 6 ਵਾਰ ਆਪਦਾ ਹਲਕਾ ਜਿੱਤ ਲਿਆ, 6 ਵਾਰ ਪਿੰਡ ਵੀ ਆਪਦਾ ਹਲਕਾ ਜਿੱਤਿਆ। ਮੇਰਾ ਕਹਿਣਾ ਉਹਨੇ ਆਖਿਆ ਵੀ ਅੱਜ ਕਹਿ ਦਿਓ ਮੁੜ ਕੇ ਕਿਹੜਾ ਪਾਉਣਾ, ਇਸ ਕਰਕੇ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੱਚ ਸੱਚ ਹੀ ਹੁੰਦਾ, ਮੇਰੇ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ। ਅੱਗੇ ਵੀ ਇਹਨਾਂ ਨੇ ਝੂਠ ਬੋਲਿਆ ਸੀ, ਕਹਿੰਦੇ ਚੰਡੀਗੜ੍ਹ ਤੂਪਨਾਥ ਦੀ ਕੋਠੀ ਬਣਾ ਲਈ, ਲੋਕਾਂ ਨੇ ਘੇਰਾ ਪਾ ਲਿਆ। ਠੀਕ ਹੈ, ਇਸ ਕਰਕੇ ਗੱਲਾਂ ਨਾਪ ਤੋਲ ਕੇ ਕਰਨੀਆਂ। ਲੋਕ ਹੁਣ ਬੜੇ ਸਿਆਣੇ ਨੇ, ਸੋਸ਼ਲ ਮੀਡੀਆ ਦਾ ਯੁੱਗ ਆ, ਸਭ ਕੁਛ ਜਾਣਦੇ ਨੇ ਮੇਰੇ ਕਿਰਦਾਰ ਬਾਰੇ, ਮੇਰੇ ਪਰਿਵਾਰ ਬਾਰੇ, ਅਤੇ ਸਾਰਾ ਚੰਗੀ ਤਰ੍ਹਾਂ ਹਲਕੇ ਦੇ ਲੋਕ ਜਾਣਦੇ। ਐਵੇਂ ਨਹੀਂ 6 ਵਾਰ ਦਿੱਤਾਉਂਦੇ ਹੁੰਦੇ ਬਗੈਰ ਨਸ਼ਿਆਂ ਸ਼ਰਾਬਾਂ ਤੋਂ। ਜੀ, ਜੇ ਲੋਕ ਭਰੋਸਾ ਕਰਦੇ ਨੇ, ਮਾਣ ਕਰਦੇ ਨੇ, ਫੇਰ ਜਿਤਾਉਂਦੇ ਨੇ। ਜੀ, ਇੱਕ ਕੇਂਦਰ ਸਰਕਾਰ ਆਪਣੇ ਕਿਸਾਨਾਂ ਨੂੰ ਬਹੁਤ ਕਾਫੀ ਲੰਬੇ ਸਮੇਂ ਤੋਂ MSP ਦੀ ਗਰੰਟੀ ਨਹੀਂ ਦੇ ਰਹੀ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਮੈਂ ਪਹਿਲਾਂ ਕਹਿ ਕੇ ਹਟੇ ਹਾਂ ਵੀ ਕੇਂਦਰ ਹਰੇਕ ਵਾਰ ਹਰ ਗੱਲ ਦੇ ਉੱਪਰ ਪੰਜਾਬ ਦੇ ਨਾਲ ਮਤਰੇਈ ਮਾਣ ਸਰੂਪ ਆ, ਇਹਨੂੰ ਛੱਡ ਦੇਣਾ ਚਾਹੀਦਾ। ਪੰਜਾਬ ਇੱਕ ਇਹੋ ਜਿਹੀ ਧਰਤੀ ਆ ਜਿੱਥੇ ਇੱਕੋ ਇੱਕ ਧਰਤੀ ਹੈ ਪੰਜਾਬ ਦੀ, ਜਿੱਥੇ ਹਰ ਮੌਸਮ ਫਿੱਟ ਬੈਠਦਾ, ਹਰ ਫਸਲ ਹੁੰਦੀ ਹੈ, ਜੋ ਮਰਜ਼ੀ ਬੀਜ ਲਓ ਪੰਜਾਬ ਦੀ ਧਰਤੀ 'ਤੇ। ਮੈਂ ਸਾਰੇ ਦੇਖ ਲਿਆ ਭਾਰਤ ਦੇ ਵਿੱਚ ਘੁੰਮ ਕੇ, ਪੰਜਾਬ ਵਰਗੀ ਕਿਤੇ ਧਰਤੀ ਨਹੀਂ ਹੈਗੀ, ਇੱਥੋਂ ਦੇ ਮਿਹਨਤੀ ਦੀ ਕਰਤੀ ਇਹੋ ਜਿਹੇ ਲੋਕ ਨਹੀਂ ਹੈਗੇ। ਇਸ ਕਰਕੇ ਇਹ ਤਾਂ ਕੈਨੇਡਾ ਅਮੈਰੀਕਾ ਵੀ ਜਾ ਕੇ ਦੇਖ ਲਓ, ਉੱਥੇ ਹਫ਼ਤੇ ਹਫ਼ਤੇ ਬਾਅਦ ਆਪਾਂ ਸਬਜ਼ੀਆਂ ਖਾਂਦੇ ਹਾਂ। ਸਾਡੇ ਤਾਂ ਜ਼ਰਾ ਮੇਰੇ ਘਰ ਸਾਰੀ ਸਬਜ਼ੀ ਮੈਂ ਆਪ ਲਾਈ ਹੈ, ਸਬਜ਼ੀ ਤੋੜੋ ਤੋੜ ਕੇ ਧਰ ਲਓ, ਫਰੂਟ ਵੀ ਕਿਹੜਾ ਮਰਜ਼ੀ ਤੋੜ ਕੇ ਖਾ ਸਕਦੇ ਹਾਂ, ਇੱਕੋ ਇੱਕ ਪੰਜਾਬ ਦੀ ਧਰਤੀ ਆ। ਇਸ ਕਰਕੇ ਸਾਰਿਆਂ ਦੀਆਂ ਨਜ਼ਰਾਂ ਇਹ 'ਤੇ ਨੇ, ਕੇਂਦਰ ਤਾਂ ਪਤਾ ਨਹੀਂ ਕਿਉਂ ਆ ਵੀ MSP ਦੇ ਲਈ ਵੀ ਜਿਹੜੀਆਂ ਸਾਡੀਆਂ ਫਸਲਾਂ ਬਣਦੀਆਂ ਨੇ, ਜਾਂ ਲੋੜ ਆ ਉਹਨਾਂ ਦੀ ਦੇ ਦੇਣੀ ਚਾਹੀਦੀ ਹੈ MSP। ਬਿਲਕੁਲ ਬਿਲਕੁਲ ਦੇ ਦੇਣੀ ਚਾਹੀਦੀ ਹੈ। ਇਸ ਗੱਲ ਕਿੰਨਾ ਨੁਕਸਾਨ ਹੁੰਦਾ, ਇਹ ਧਰਨੇ ਲੱਗਦੇ ਆ, ਮਜ਼ਾਰੇ ਹੁੰਦੇ ਆ, ਉੱਥੇ ਕਿੰਨੀ ਪੁਲਿਸ ਲਾਉਣੀ ਪੈਂਦੀ ਹੈ। ਇਸ ਕਰਕੇ ਮੋਦੀ ਨੂੰ ਇਹ ਜਿਹੜੀ ਜਾਇਦਾ ਉਹ ਛੱਡ ਦੇਣੀ ਚਾਹੀਦੀ ਹੈ। ਤੁਹਾਡੀ ਸਰਕਾਰ ਨੂੰ ਬਣੇ ਨੂੰ 27 ਮਹੀਨੇ ਹੋ ਗਏ ਆ, ਅਤੇ ਤੁਸੀਂ ਹਲਕੇ 'ਚ ਕਿੰਨਾ ਕੁ ਵਿਕਾਸ ਕੀਤਾ? ਹਲਕੇ ਦੇ ਵਿੱਚ ਤਕਰੀਬਨ ਮੈਨੂੰ ਲੱਗਦਾ ਵੀ 1 ਕਰੋੜ ਰੁਪਏ ਤੋਂ ਘੱਟ ਦਾ ਕੋਈ ਪਿੰਡ ਹੋਣਾ ਨਹੀਂ ਗਾ ਜੀ। ਇੱਕ ਪਿੰਡ ਨੂੰ 1 ਕਰੋੜ? ਇੱਕ ਪਿੰਡ ਨੂੰ, ਹਾਂ। ਅਸੀਂ ਸੱਪੜਾ ਜਿਹੜੇ ਸਾਰੇ ਪੱਕੇ ਕਰ ਰਹੇ ਹਾਂ ਜੀ, ਸਭ ਤੋਂ ਪਹਿਲਾਂ ਜੇ ਪਾਣੀ ਦੀ ਨਿਕਾਸੀ ਹੋ ਗਈ ਜੀ, ਤਾਂ ਫੇਰ ਹੀ ਗਲੀਆਂ ਨਾਲੀਆਂ ਬਚਣਗੀਆਂ। ਹਾਂਜੀ, ਅਤੇ ਇਹ ਸੱਪੜਾ ਦੀ ਜਿਹੜਾ ਪਾਣੀ ਦੀ ਅਸੀਂ ਕੋਈ ਸੀਵਰੇਜ ਸਿਸਟਮ ਪਾਉਣਾ ਵੀ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਅਸੀਂ ਪਹਿਲਾਂ ਸੱਪੜਾ ਨੂੰ ਵਧੀਆ ਅਪਣਾ ਰਹੇ ਹਾਂ, ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਰਹੇ ਹਾਂ। ਅਸੀਂ ਮੁਹੱਲਾ ਗਲੀਆਂ ਵੀ ਮੇਰੇ ਕਾਫੀ ਖੁੱਲ੍ਹ ਗਏ ਆ। ਅੱਛਾ ਜੀ, ਅਤੇ ਹੋਰ ਸਾਡੇ ਨਾ ਕੰਪਲੈਕਸ ਮੈਂ ਬਣਾ ਰਹੇ ਹਾਂ। ਅੱਛਾ, ਜਿੱਥੇ ਸਾਡੇ ਕਿਉਂਕਿ ਤਹਿਸੀਲ ਬਣ ਗਿਆ ਹੁਣ ਮਹਿਲਕਲਾਂ, ਤਹਿਸੀਲ ਬਣਾਤੀ ਸੀਗੀ, ਅਤੇ ਹੁਣ ਉੱਥੇ ਕੰਪਲੈਕਸ ਬਣਾਉਣਾ, ਅਤੇ ਸਾਰੇ ਪ੍ਰਸ਼ਾਸਨ ਜਿਹੜਾ ਸਾਰਾ ਉੱਥੇ ਬੈਠਿਆ ਕਰੂਗਾ, ਪਟਵਾਰੀ ਤੋਂ ਲਾ ਕੇ, ਅਨੁਗੁਰ ਤੋਂ ਲਾ ਕੇ, ਤਹਿਸੀਲਦਾਰ, ADM, ਜਿਹੜੇ ਕਿ ਸਾਰਾ ਇੱਕ ਕੰਪਲੈਕਸ ਦੇ ਵਿੱਚ ਬੈਠਣ ਲੱਗ ਜੀ, ਲੋਕਾਂ ਨੂੰ ਬੜਾ ਫਾਇਦਾ ਹੋਊਗਾ। ਹੁਣ ਕੋਈ CDPO ਦਫ਼ਤਰ ਪਿੰਡ ਦੇ ਵਿੱਚ ਆ, ਅਤੇ BDO ਕਿਤੇ ਹੋਰ, BDPO ਕਿਤੇ ਹੋਰ ਬੈਠਦਾ, ਅਤੇ ADM ਕਿਤੇ ਹੋਰ ਬੈਠਦਾ, ਖੱਜਲ ਖੁਆਰ ਹੁੰਦੇ ਆ, ਇੱਕ ਛੱਤ ਥੱਲੇ ਸਾਰੇ ਅਫਸਰ ਬੈਠੇ ਕਰਦੇ। ਬਿਲਕੁਲ, ਮੈਂ ਨਾ ਐਤਕੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ, ਉਹ ਮੈਂ ਪ੍ਰਪੋਜ਼ਲਾਂ ਬਣਾ ਕੇ ਭੇਜਦੀ ਹਾਂ, ਐਤਕੀ ਮੈਂ ਜ਼ਿੰਮੇਵਾਰੀ ਨਾਲ ਕਰਾਂ, ਪੈਸਾ ਪਵਾ ਲਾਂਗੇ, ਅਤੇ ਮੁੱਖ ਮੰਤਰੀ ਸਾਹਿਬ ਕੋਈ ਜਵਾਬ ਨਹੀਂ ਦਿੰਦੇ, ਸਾਡੇ ਮਾਨਯੋਗ ਚੀਮਾ ਸਾਹਿਬ ਨੇ ਜਵਾਬ ਦਿੰਦੇ, ਖਜ਼ਾਨਾ ਮੰਤਰੀ,
ਅਤੇ ਮੈਂ ਕਾਫੀ ਹੋਰ ਵੀ ਇੱਦਾਂ ਮੇਰਾ ਇੱਕ ਇਰਾਦਾ ਹੈਗਾ ਵੀ ਐਤ ਕਿਵੇਂ ਪ੍ਰੋਗਰਾਮ ਬਣਾਈ ਨੇ ਜਿਹੜੇ ਮੈਰਿਜ ਪੈਲਸ ਆ, ਹਾਂਜੀ, ਅਤੇ ਉਹ ਜਦੋਂ ਵਿਆਹਾਂ ਦਾ ਟਾਈਮ ਹੁੰਦਾ ਉਦੋਂ ਬੜੇ ਮਹਿੰਗੇ ਹੋ ਜਾਂਦੇ ਨੇ, ਮਹਿੰਗੇ ਹੋ ਜਾਂਦੇ ਨੇ ਮਹਿਲ ਕਲਾ ਦੇ ਵਿੱਚ, ਹਰੇਕ ਬੰਦੇ ਦੀ ਅਪਰੋਚ ਨਹੀਂ ਰਹਿੰਦੇ, ਹਾਂ, ਮਹਿਲ ਕਲਾ ਦੇ ਵਿੱਚ ਅਤੇ ਕਸੀਨਪੁਰ ਦੇ ਵਿੱਚ ਪਹਿਲਾਂ ਦੋ ਤੋਂ ਸ਼ੁਰੂਆਤ ਕਰਾਂ ਵੀ ਵੱਡੇ ਮੈਰਿਜ ਪੈਲਸ ਜਿਹੜੇ ਜਿੰਨਾ ਮਰਜ਼ੀ ਪੈਸਾ ਲੱਗੇ, 1 ਕਰੋੜ ਲੱਗੇ, 1.5 ਕਰੋੜ ਰੁਪਈਆ ਲੱਗੇ, ਉਹਦੇ ਵਿੱਚ ਫਿਰ ਕੀ ਫ੍ਰੀ ਹੋਣਗੇ ਉਹ? ਇਹ ਫ੍ਰੀ ਨਹੀਂ ਹੋਣਗੇ, ਕੋਸਟ ਰੱਖਾਂਗੇ ਉਹਦਾ, ਨੋ ਪ੍ਰੋਫਿਟ ਨੋ ਲੋਸ, ਹਾਂ, ਬਸ ਇੰਨਾ ਕੀ ਹੋਊਗਾ ਵੀ ਕਿਉਂਕਿ ਉਹਦੀ ਸੇਵਾ ਸੰਭਾਲ ਵਾਸਤੇ ਵੀ ਸਾਰੇ ਉਹਦੇ ਵਿੱਚ ਜਿਹੜੇ ਪੌਦੇ ਲੱਗਣੇ ਜਾਂ ਹੋਰ ਉਹਨਾਂ ਕੀ ਰੱਖਾਂਗੇ, ਉਹ 'ਚ ਕੁਛ ਮੁੰਡਿਆਂ ਨੂੰ ਕੰਮ ਵੀ ਮਿਲੂਗਾ ਅਤੇ ਪਰ ਉਹ ਲੋਕਾਂ ਨੂੰ ਬੜਾ ਫਾਇਦਾ ਹੋਊ ਇਸ ਗੱਲ ਦਾ, ਕਿਉਂਕਿ ਹੁਣ ਕਈ ਵਾਰ ਇੱਦਾਂ ਹੁੰਦਾ ਵੀ ਮੈਰਿਜਾਂ ਦੇ ਦਿਨਾਂ ਦੇ ਵਿੱਚ ਪਤਾ ਨਹੀਂ ਕਿੱਥੇ ਜਾ ਕੇ ਪੈਲਸ ਮਿਲੇ ਅਤੇ ਉਹ ਬੜਾ ਔਖਾ ਹੁੰਦਾ, ਉਹ ਸੌਖਾ ਕਰ ਦਿਓ। ਪਹਿਲੀਆਂ ਸਰਕਾਰਾਂ ਦੇ ਲੀਡਰ ਲੋਕਾਂ ਨੂੰ ਮਿਲਦੇ ਨੇ, ਤੁਸੀਂ ਕਿੰਨਾ ਕੁ ਸੰਗਤ ਆਪਣੇ ਟਾਈਮ ਦਿੰਦੇ? ਮੇਰਾ ਤਾਂ ਜੀ ਤੁਸੀਂ ਘਰ ਦੇਖਿਆ ਵੀ ਕੋਈ ਗੈਂਡ ਰਹਿੰਦੇ ਬਾਹਰ ਘਰ ਹੁੰਦਾ ਅਤੇ ਸਵੇਰੇ ਮੈਂ ਸਾਰੇ ਉੱਠ ਕੇ ਮੈਂ 4:30 ਵਜੇ ਉੱਠ ਕਰਦਾ ਜੀ, 5 ਵਜੇ ਜਿੰਮ ਚਲਿਆ ਜਾਂਦਾ ਉੱਥੇ ਲੋਕਾਂ ਨੂੰ, ਮੈਂ ਜਿੰਮ ਵੀ ਇੱਦਾਂ ਨਹੀਂ ਮੈਂ ਕੋਈ ਪੱਕੀ ਜਿੰਮ ਜਾਂਦਾ, ਮੈਂ ਸਾਰੇ ਪਿੰਡਾਂ 'ਚ ਜਾਂਦਾ ਜੀ, ਮੈਂ ਇੱਕ ਦਿਨ ਕਰੋੜਾ, ਇੱਕ ਦਿਨ ਸਾਪੇ, ਗੰਗੋਰਾ, ਇਹ ਵੱਖ ਵੱਖ ਪਿੰਡਾਂ ਦੇ ਵਿੱਚ ਮਹਿਲ ਕਲਾਂ ਜਿੱਥੇ ਮੁੰਡੇ ਪਿਆਰ ਕਰਦੇ ਸਾਦੇ ਉੱਥੇ ਜਾਈਦਾ ਜੀ, ਮੁੰਡਿਆਂ ਨਾਲ ਤਾਂ ਉਹਨਾਂ ਦਾ ਵੀ ਜਲ ਲੱਗਦਾ ਲੋਕ ਗਰਾਊਂਡਾਂ ਨਾਲ ਜੁੜਦੇ ਨੇ, ਨਾਲ ਮੁਸ਼ਕਿਲਾਂ ਵੀ ਸੁਣੀਆਂ ਹੋਣੀਆਂ, ਮੁਸ਼ਕਿਲਾਂ ਉੱਥੇ ਮੈਂ ਕਹਿੰਦੀ ਮੈਂ ਦੱਸ ਕੇ ਹਟਿਆ, ਮੈਂ ਅੱਜ ਮੈਂ ਸਾਰੇ ਪਿੰਡ ਚਲਿਆ ਵੀ ਉੱਥੇ ਸਾਦਾ ਸਿੰਘਾਂ ਜਾ ਕੇ, ਮੈਂ ਉੱਥੇ ਹੀ ਮੋਟਰ 'ਤੇ ਬੈਠਾ ਕਿਤੇ, ਅੱਛਾ ਜੀ, ਲੋਕ ਮੋਟਰ 'ਤੇ ਲਿਆਉਂਦੇ ਆ ਅਤੇ ਜਾਣੀ ਕਿ ਲੋਕ ਪਿਆਰ ਹੀ ਇੰਨਾ ਕਰਦੇ ਜੀ, ਨੌਜਵਾਨ ਗਰਾਊਂਡਾਂ ਨਾਲ ਇਹ ਹਰ ਤਿੰਨ ਮਿੰਟ ਵੱਡਾ ਗਰਾਊਂਡ ਬਣਾ ਰਹੇ, ਕੋਰਟ ਦੇ ਵਿੱਚ ਬਹੁਤ ਵੱਡਾ ਗਰਾਊਂਡ ਬਣ ਰਹੇ ਆ ਜੀ, ਹਰ ਤਰ੍ਹਾਂ ਦੇ ਸਪੋਰਟਸ ਨਰਸਰੀਆਂ ਹੋਣਗੀਆਂ, ਹਰ ਤਰ੍ਹਾਂ ਦੇ ਕੋਚ ਹੋਣਗੇ, ਇੱਦਾਂ 1 ਕਰੋੜ ਤੋਂ ਵੀ ਵੱਧ ਰੁਪਈਆ ਸੀਨੀਅਰ ਵਰਕਰਾਂ ਲੱਗਣਾ, ਅੱਛਾ ਜੀ, ਮੈਂ ਕਿ ਵੱਡੇ ਗਰਾਊਂਡ ਬਣਾ ਰਹੇ ਹਾਂ ਅਸੀਂ ਅਤੇ ਸਿੰਘੜੇ ਪਿੰਡ ਤਾਂ ਬਹੁਤ ਉਦੋਂ ਵੀ ਵੱਡਾ ਬਣਨਾ ਗਰਾਊਂਡ ਜੀ, ਇਸ ਕਰਕੇ ਜੇ ਗਰਾਊਂਡਾਂ ਨਾਲ ਬੱਚੇ ਜੁੜਨਗੇ ਤਾਂ ਹੀ ਇਹ ਨਸ਼ਿਆਂ ਤੋਂ ਦੂਰ ਹੋਣਗੇ, ਕਿਉਂਕਿ ਸਮਾਜ ਦੇ ਲੋਕ ਹੀ ਜ਼ਿੰਮੇਵਾਰ ਹੁੰਦੇ ਨੇ, ਸਰਕਾਰਾਂ ਦਾ ਜੇ ਸਹਿਯੋਗ ਕਰਾਂਗੇ, ਮੈਂ ਜ਼ਿੰਮੇਵਾਰੀ ਨਾਲ ਕਹਿਣਾ ਮੈਨੂੰ ਕੋਈ ਵੀ ਨਸ਼ੇ ਦੇ ਪ੍ਰਤੀ ਕੋਈ ਆ ਕੇ ਦੱਸਦਾ, ਸਾਡੇ ਸ਼ੇਰਪੁਰ ਦੇ ਵਿੱਚ ਕਾਫੀ ਦੱਸ ਦਿੰਦੇ ਸੀ ਲੋਕ, ਹੁਣ ਕੋਈ ਖੰਘ ਕੇ ਦਿਖਾਵੇ, ਠੀਕ ਹੈ, ਸਾਨੂੰ ਖੇੜੀ ਦੇ ਮੁੰਡਿਆਂ ਨੇ ਬੜਾ ਸਹਿਯੋਗ ਦਿੱਤਾ, ਠੀਕ ਹੈ, ਪੂਰਾ ਹੀ ਸਹਿਯੋਗ ਦਿੱਤਾ, ਉੱਥੇ ਜਿਹੜੇ ਬੰਦੇ ਵੀ ਨਸ਼ਾ ਵੇਚਦੇ ਸੀ ਮੈਨੂੰ ਸਮਝ, ਉਹਨਾਂ ਨੇ ਸਾਰਿਆਂ ਦੀਆਂ ਪ੍ਰੋਪਰਟੀਆਂ ਜ਼ਬਤ ਕਈਆਂ ਨੇ ਕਰਤੀਆਂ, ਕਈਆਂ ਨੇ ਅਸੀਂ ਕਰਦੇ ਹਾਂਗੇ, ਜ਼ਬਤ ਕਰਕੇ ਮੁੜ ਕੇ ਉੱਥੋਂ ਨਾ ਨਾਮ ਅਨੁਸਾਰ ਮਿਟਾ ਦੇ, ਇਹਦੇ ਨਾਲ ਕੋਈ ਸਮਝੌਤੇ ਨਹੀਂ ਕਿਸੇ ਇਸ ਗੱਲ, ਠੀਕ ਹੈ, ਆਪਣੇ ਲਾਸਟ 'ਤੇ ਆਪਣੇ ਨਵੀਂ ਪੀੜ੍ਹੀ ਹੈ ਜਿਹੜੀ ਨੌਜਵਾਨ ਨਵੀਂ ਪੀੜ੍ਹੀ ਹੈ, ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ? ਨੌਜਵਾਨਾਂ ਨੂੰ ਤਾਂ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਪਿੰਡਾਂ ਦੇ ਵਿੱਚ ਜੋ ਸਵਾਵਾਂ ਕਲੱਬ ਬਣਾ ਕੇ, ਸਾਡੇ ਸ਼ਹੀਦਾਂ ਦੇ ਨਾਂ 'ਤੇ ਕਲੱਬ ਬਣਾ ਕੇ, ਹਾਂਜੀ, ਅਤੇ ਪਿੰਡਾਂ ਦੇ ਸੇਵਾ ਸੰਭਾਲ ਆ ਜਿਹੜੀ ਆਪ ਉਹ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਕਿਉਂਕਿ ਮੈਂ ਵੀ ਕਲੱਬ ਦਾ ਪ੍ਰਧਾਨ ਰਿਹਾ, ਨਾਲ ਤਾਂ ਲੋਕ ਸਹਿਯੋਗ ਕਰਦੇ ਨੇ ਨੌਜਵਾਨਾਂ ਦਾ, ਕਿਉਂਕਿ ਲੋਕ ਨੌਜਵਾਨਾਂ ਵਿੱਚ ਤਾਕਤ ਹੁੰਦੀ ਹੈ, ਹਾਂਜੀ, ਜਵਾਨੀ ਦੇ ਵਿੱਚ ਇਹ ਕੰਮ ਕਰੇ ਜਾਂਦੇ, ਸਮਾਂ ਵੀ ਹੁੰਦਾ ਜੀ, ਤਾਂ ਉਹਨਾਂ ਨੂੰ ਸਮਾਜ ਨੂੰ ਚੰਗੇ ਪਾਸੇ ਨੂੰ ਜੋੜਨਾ ਚਾਹੀਦਾ, ਗਰਾਊਂਡਾਂ ਨਾਲ ਜੋੜਨਾ ਚਾਹੀਦਾ, ਚੰਗੇ ਕੰਮਾਂ ਵੱਲ ਜੋੜਨਾ ਚਾਹੀਦਾ, ਜੇ ਵਧੀਆ ਸੋਹਣੇ ਸਾਫ਼ ਸੁਥਰੇ ਪਿੰਡ ਬਣਾਉਣੇ ਆ ਤਾਂ ਨੌਜਵਾਨ ਹੀ ਬਣਾ ਸਕਦੇ ਆ ਜੀ, ਮੈਂ ਪੂਰਨ ਤੌਰ 'ਤੇ ਸਹਿਯੋਗ ਦਿੰਦਾ, ਮੈਂ ਹਰ ਤਰ੍ਹਾਂ ਦਾ ਜਿਹੜੇ ਗਰਾਊਂਡਾਂ ਦੇ ਵਿੱਚ ਜੋ ਵੀ ਇਹਨਾਂ ਨੂੰ ਸਮਾਨ ਹੋਊਗਾ ਉਹ ਐਤਕੀ ਮੈਂ ਮੁਹੱਈਆ ਪਹਿਲਾਂ ਵੀ ਕਰਵਾਉਂਦਾ ਰਿਹਾ, ਕ੍ਰਿਕਟਾਂ ਕਿੱਟਾਂ ਬਣਦੇ ਆ ਜਾਂ ਹੋਰ ਵਾਲੀਬਾਲਾਂ ਦੇ ਲਈ, ਉਹ ਆਉਣ ਵਾਲੇ ਸਮੇਂ 'ਚ ਹਰ ਤਰ੍ਹਾਂ ਦਾ ਗਰਾਊਂਡ ਹੋਊਗਾ ਹਰ ਪਿੰਡ ਦੇ ਵਿੱਚ, ਵਾਲੀਬਾਲ ਦੇ ਗਰਾਊਂਡ ਤਾਂ ਤਕਰੀਬਨ ਸਾਡੇ ਬਣ ਗਏ ਸਾਰੇ, ਨਸ਼ਿਆਂ ਨੂੰ ਵੀ ਠੱਲ ਪਊਗੀ, ਬਿਲਕੁਲ ਨਸ਼ੇ ਨੂੰ ਠੱਲ ਨਹੀਂ ਪੈਣੀ ਹੈ ਨਾ, ਜੇ ਲੋਕ ਸਹਿਯੋਗ ਕਰਨਗੇ, ਬੱਚਿਆਂ ਨੂੰ ਅੱਜ ਆਪਾਂ ਮੋਬਾਈਲਾਂ 'ਤੇ ਬੈਠੇ ਵਿਹਲੇ, ਹਾਂਜੀ, ਜੇ ਉਹਨੂੰ ਜਿੰਮਾਂ ਨਾਲ ਜੋੜਾਂਗੇ, ਗਰਾਊਂਡਾਂ ਨਾਲ ਜੋੜਨਗੇ ਅਤੇ ਆਪੇ ਲੋਕ ਨਜ਼ਰ ਕਰਦੇ ਨਹੀਂ, ਮੈਂ ਜਿੰਨੇ ਪਿੰਡਾਂ 'ਚ ਜਾਂਦਾ ਸਾਡੇ ਤਾਂ 100-100 ਮੁੰਡਾ ਲਾ ਲਓ, 150-150 ਮੁੰਡਾ ਜਿੰਮ ਦੇ ਵਿੱਚ ਹੁੰਦਾ, ਤਾਂ ਲੋਕ ਆਪੇ ਇਹ ਵੱਡਿਆਂ ਨੇ ਸਿਖਾਉਣਾ ਹੁੰਦਾ, ਜੇ ਵੱਡੇ ਉੱਧਰ ਨੂੰ ਜਾਣਗੇ ਤਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੁੰਦਾ,
ਇਹ ਨਸ਼ੇ ਵੱਲ ਨਾਲ ਬੱਚਿਆਂ ਦੇ ਵਿੱਚ ਸਾਡੇ ਸਮਾਜ ਦਾ ਅਤੇ ਸਾਡੇ ਪਰਿਵਾਰ ਦਾ ਆਪ ਨੂੰ ਖਾਸ ਕਰਕੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਅਤੇ ਕਿਉਂਕਿ ਉਮਰ ਹੀ ਇਹੋ ਜਿਹੀ ਹੁੰਦੀ ਹੈ ਜੀ। ਜੇ ਪਰਿਵਾਰ ਖਿਆਲ ਰੱਖੂਗਾ ਵੀ ਮੇਰਾ ਬੱਚਾ ਰਾਤ ਦੇ 10 ਵਜੇ ਆਉਂਦਾ 11 ਵਜੇ ਆਉਂਦਾ ਕਿੱਥੋਂ ਆਉਂਦਾ ਪੂਰਾ ਖਿਆਲ ਰੱਖਾਂਗੇ ਤਾਂ ਜ਼ਰੂਰ ਜਿਹੜਾ ਬੱਚਿਆਂ ਦੇ ਜਿਹੜੇ ਕਿ ਨੌਜਵਾਨਾਂ ਨੂੰ ਤੁਸੀਂ ਬੂਟੇ ਲਾਉਣ ਵੱਲ ਵੀ ਆਪਣੇ ਪ੍ਰੇਰਿਤ ਕਰ ਰਹੇ ਜਾਂ ਨਾਲ ਜੋੜ ਰਹੇ? ਬਿਲਕੁਲ ਜੀ, ਮੈਂ ਨੌਜਵਾਨਾਂ ਨੂੰ ਸਾਰੇ ਬੇਨਤੀ ਕਰ ਕੀਤੀ ਆ ਤਾਂ ਸਹਿਯੋਗ ਵੀ ਕਰ ਰਹੇ ਨੇ। ਅੱਜ ਹੁਣ ਸਾਡੇ ਪਿੰਡ ਚੱਲਿਆ, ਤੁਸੀਂ ਉੱਥੇ ਜਾ ਕੇ ਦੇਖ ਲਿਓ ਵੀ ਸਾਰੇ ਨੌਜਵਾਨ ਹੋਣਗੇ ਜੀ, ਕਿਉਂਕਿ ਜੇ ਕੋਈ ਮੋਢੀ ਬੰਦਾ ਆ ਚੰਗੇ ਪਾਸੇ ਨੂੰ ਤੋਰੂਗਾ ਤਾਂ ਸਮਾਜ ਚੰਗਾ ਹੀ ਬਣੂਗਾ ਜੀ। ਇਸ ਕਰਕੇ ਚੰਗੇ ਉਹਨਾਂ ਦੇ ਸੰਸਕਾਰ ਹੋਣਗੇ, ਚੰਗੀ ਬੋਲਣ ਦੀ ਤਲੀਮ ਹੋਊਗੀ, ਜੇ ਚੰਗੇ ਲੋਕਾਂ 'ਚ ਬੈਠਾਂਗੇ। ਇਸ ਕਰਕੇ ਅਸੀਂ ਹਰ ਕਲੱਬਾਂ ਨੂੰ ਜੋੜ ਰਹੇ ਹਾਂ ਆਪਦੇ ਨਾਲ ਵੀ ਅਤੇ ਸਮਾਜ ਦੇ ਵਿੱਚ ਵਧੀਆ ਸੁਨੇਹਾ ਦੇਣ ਦੇ ਲਈ ਵੀ ਇਹ ਪੌਦਿਆਂ ਦੇ ਜਿਹੜੇ ਦਰੱਖਤ ਆ ਹਰ ਜਗ੍ਹਾ ਦੇ ਹਰ ਤਰ੍ਹਾਂ ਦਾ ਪੌਦੇ ਦੇ ਦਰੱਖਤ ਲੱਗੇ। ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਸਹਿਯੋਗ ਮੈਥੋਂ ਲੋੜ ਹੋਵੇ ਤਾਂ ਮੈਂ ਤੁਹਾਡੇ ਹਰ ਵਕਤ ਆ। ਯਾਨੀ ਕਿ ਮੁੱਖ ਮੰਤਰੀ ਦਾ ਜਿਹੜਾ ਸੁਪਨਾ ਹੈ ਰੰਗਲਾ ਪੰਜਾਬ ਉਹ ਬਣਾ ਕੇ ਹਟੂ? ਦੇਖੋ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਰੰਗਲਾ ਪੰਜਾਬ ਫੇਰ ਹੀ ਬਣਨਾ ਜੇ ਲੋਕ ਸਹਿਯੋਗ ਕਰਦੇ ਆ। ਲੋਕ ਪੂਰਾ ਸਹਿਯੋਗ ਕਰ ਰਹੇ ਆ, ਐਤਕੀ ਨੌਕਰੀਆਂ ਇੰਨੀਆਂ ਮਿਲੀਆਂ ਲੋਕਾਂ ਨੂੰ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਇੱਕ ਰੁਪਈਆ ਵੀ ਕੋਈ ਸਾਫ਼ ਨਹੀਂ ਕਰ ਸਕਦਾ ਕਿਸੇ ਲੱਗਿਆ ਹੋਇਆ। ਇੱਕ ਰੁਪਈਆ ਵੀ ਪਹਿਲੇ ਵਾਰੀ ਹੋਇਆ ਜਿਹੜੀ ਤਬਦੀਲੀ ਹੈ, ਇਹਦੀ ਵੱਡੀ ਤਬਦੀਲੀ ਕੀ ਹੁੰਦੀ ਹੈ ਜੀ? ਬਿਲਕੁਲ, ਜੇ ਗਰੀਬ ਘਰਾਂ ਦੇ ਬੱਚੇ ਅਫਸਰ ਲੱਗ ਰਹੇ ਨੇ ਤਾਂ ਇੱਥੋਂ ਲਾ ਲਓ ਵੀ ਇੱਕ ਬਰੇਕ ਬੋਰਡ 'ਤੇ ਕੁੜੀ ਬਣੀ ਆ, ਉਹਦੀ ਮਾਂ ਵਿਆਹਾਂ ਦੇ ਵਿੱਚ ਬਰਤਨ ਸਾਫ਼ ਕਰਨ ਜਾਂਦੀ ਹੁੰਦੀ ਸੀ। ਅੱਛਾ ਜੀ, ਉਹ ਜੀ ਹਾਲਾਤਾਂ 'ਚ ਪੜ੍ਹੀ ਆ, ਉਹ ਕਹਿੰਦੀ ਮੈਂ ਜਦੋਂ ਨਾ ਮੈਂ ਮੇਰੀ ਮਾਂ ਨੂੰ ਹਨੇਰਾ ਹੋ ਜਾਣਾ ਕਈ ਵਾਰੀ ਜ਼ਿਆਦਾ ਵਿਆਹ ਵਿੱਚ ਟਾਈਮ ਲੱਗ ਜਾਂਦਾ, ਲੱਗ ਜਾਂਦਾ 11-12 ਵਜੇ, ਕਈ ਵਾਰੀ ਮੈਂ ਨਾਲ ਚਲੇ ਜਾਣਾ ਵੀ ਇਹਦਾ ਕੰਮ ਛੇਤੀ ਨਿਬੜ ਜੂ ਜੀ। ਜਦੋਂ ਵਾਪਸ ਆ ਕੇ ਮੈਂ ਪੜ੍ਹਨ ਲੱਗਣਾ, ਕਦੀ ਮੈਂ ਜਿਹੜੇ ਕਮਰੇ ਦੇ ਵਿੱਚ ਪੜ੍ਹਦੀ ਸੀ ਉਹਦੇ ਟਾਕੀਆਂ ਨਹੀਂ ਸੀਗੀਆਂ ਜੀ, ਠੰਡ ਲੱਗਣੀ, ਮੈਂ ਪੈਣ ਵਾਲਾ ਗੱਦਾ ਚੱਕ ਕੇ ਉਹਦੇ ਮੂਹਰੇ ਲਾ ਦੇਣਾ। ਅੱਛਾ ਜੀ, ਅਤੇ ਮੈਂ ਪੜ੍ਹਨ ਲੱਗ ਜਾਣਾ, ਕਦੀ ਮੈਨੂੰ ਠੰਡ ਦੇ ਜੱਜ ਬਣਾ ਤਾ। ਅਤੇ ਲੋਕਾਂ ਨੇ ਸਾਥ ਦਿੱਤਾ, ਸਾਡੇ ਸ਼ਹਿਰ ਸ਼ੇਰਪੁਰ ਤੋਂ ਕੁੜੀ ਆਮ ਘਰ ਦੀ ਜੱਜ ਬਣੀ, ਗਰੀਬ ਘਰਾਂ ਦੀਆਂ ਕੁੜੀਆਂ 6-7 ਐਤਕੀ ਜੱਜ ਬਣੀਆਂ ਨੇ। ਅੱਛਾ ਜੀ, ਕਿਉਂਕਿ ਜੇ ਇਹੀ ਸਰਕਾਰਾਂ ਕੋਈ ਹੋਰ ਹੁੰਦੀਆਂ, ਆ ਪਹਿਲਾਂ ਰਵੀ ਸਿੱਧੂ ਨੇ ਇਹੀ ਘੁਟਾਲਾ ਕੀਤਾ ਸੀਗਾ। ਹਾਂਜੀ ਹਾਂਜੀ, ਵੱਡਾ ਸਾਰੇ ਜੱਜ ਜਸਬਤ ਹੋ ਗਏ ਸੀ, ਵੱਡਾ ਘੁਟਾਲਾ ਕੀਤਾ, ਵੱਡਾ ਘੁਟਾਲਾ ਕੀਤਾ ਸੀ ਜਦ ਉਹ ਜੇਲ੍ਹ 'ਚ ਚਲਿਆ ਗਿਆ, ਉਹ ਬੱਚਿਆਂ ਦਾ ਭਵਿੱਖ ਤਾਂ ਮਾਰਿਆ ਗਿਆ, ਆਪਾਂ ਨੂੰ ਜੇਲ੍ਹ ਭੇਜ ਕੇ ਉਹਨੂੰ ਕੀ ਬਣਿਆ? ਇਸ ਕਰਕੇ ਬੱਚਿਆਂ ਦਾ ਜਿਹੜਾ ਭਵਿੱਖ ਸੀ ਉਹ ਬਿਲਕੁਲ ਉਹਨਾਂ ਨੇ ਖਤਮ ਕਰਤਾ ਜੀ, ਕਿ ਬੱਚੇ ਦਾ ਭਵਿੱਖ ਨਹੀਂ ਮਿਲਿਆ, ਬੱਚੇ ਨੂੰ ਇਨਸਾਫ਼ ਮਿਲਿਆ, ਮੈਰਿਟ ਦੇ ਆਧਾਰ 'ਤੇ ਨੌਕਰੀਆਂ ਮਿਲੀਆਂ ਨੇਗੀਆਂ। ਵੱਡੀ ਗੱਲ ਤਾਂ ਇਹ, ਵੱਡੀ ਗੱਲ ਨਹੀਂ, ਭ੍ਰਿਸ਼ਟਾਚਾਰ ਨਹੀਂ ਹੋਇਆ ਕਿਸੇ ਵੀ ਨੌਕਰੀ 'ਚ, ਇੱਕ ਵੀ ਬੰਦਾ ਨਹੀਂ ਕਹਿ ਸਕਦਾ ਇੱਕ ਰੁਪਈਆ ਵੀ ਕਿਹੜਾ ਲੱਗਿਆ। 43,000 ਤੋਂ ਵੱਧ ਨੂੰ ਹੋ ਗਿਆ ਅੱਗੇ ਮਾਨ ਸਾਹਿਬ ਨੇ 28 ਸਾਲਾਂ 'ਚ। ਠੀਕ ਹੈ, ਅਤੇ ਆਉਣ ਵਾਲੇ ਸਮੇਂ 'ਚ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਵੀ ਹਰ ਮਹਿਕਮੇ ਦੇ ਵਿੱਚ ਮਾਨ ਸਾਹਿਬ ਤਾਂ ਕਹਿੰਦੇ ਵੀ ਭਰੀ ਚਲੋ 1,000 ਰੁਪਈਆ ਕਦੋਂ ਦੇਣਾ ਸ਼ੁਰੂ ਕਰਨਾ ਆਪਾਂ ਨੂੰ, ਬੜੀ ਬੇਤਾਬੀ ਨਾਲ ਡੀਕਦੇ ਹਾਂ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ, ਦੇਖੋ ਜਿੰਨੇ ਵੀ ਚੋਣ ਮੈਨੀਫੈਸਟੋ ਤੋਂ ਵਾਅਦੇ ਕੀਤੇ ਆ ਅਸੀਂ ਜ਼ਿਆਦਾਤਰ ਪੂਰੇ ਕਰਨੇ ਆ, ਭਾਵੇਂ ਮੈਡੀਸਨ ਦਾ ਸੀ, ਭਾਵੇਂ ਟੈਕਸ ਫ੍ਰੀ ਹੁੰਦੇ ਆ ਪਿੰਡਾਂ ਦੇ ਵਿੱਚ, ਅਤੇ ਭਾਵੇਂ ਵੀ ਬੱਸ ਸਫ਼ਰਾਂ ਦਾ ਸੀਗਾ ਜੀ, ਹੈ ਜੀ, ਅਤੇ ਅਨੇਕਾਂ ਹੋਰ ਵਾਧੇ ਆ ਸਪੋਰਟਸ ਦੇ ਨਾਲ ਬੱਚਿਆਂ ਨੂੰ ਜੋੜ ਰਹੇ ਹਾਂ ਜੀ, ਅਤੇ ਇਹ ਜਿਹੜਾ ਮਾਮਲਾ ਇੱਕ ਹੀ ਵਾਧਾ ਰਹਿ ਗਿਆ, ਅਗਲੀਆਂ ਇਲੈਕਸ਼ਨਾਂ ਫੇਰ ਲੜਾਂਗੇ ਜੀ, ਇਹ ਵਾਧਾ ਪੂਰਾ ਕਰਾਂਗੇ। ਠੀਕ, ਕਿਉਂਕਿ ਅਸੀਂ ਕੰਮਾਂ ਦੇ ਆਧਾਰ 'ਤੇ ਵੋਟ ਮੰਗੀ ਆ, ਮੁੱਦਿਆਂ ਦੀ ਗੱਲ ਕੀਤੀ ਆ, ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਡੇ ਕੌਮੀ ਕਨਵੀਨਰ, ਉਹ ਕਹਿੰਦਾ ਕੰਮਾਂ ਦੇ ਆਧਾਰ 'ਤੇ ਵੋਟ ਮੰਗਣੀ ਆ, ਮੁੱਦਿਆਂ ਦੀ ਗੱਲ ਕਰਨੀ ਆ, ਅਸੀਂ ਇਹਨਾਂ ਦੇ ਇਹਨਾਂ ਵਾਂਗੂ ਨਾ ਧਰਮਾਂ ਦੇ ਨਾਂ 'ਤੇ ਲੋਕਾਂ ਨੂੰ ਲੜਾਉਣਾ ਨਹੀਂ ਹੈਗਾ। ਠੀਕ, ਅਸੀਂ ਕੰਮਾਂ ਦੀ ਗੱਲ ਕਰਕੇ ਲੋਕਾਂ ਤੋਂ ਵੋਟ ਮੰਗਣੀ ਆ, ਕੋਈ ਨਸ਼ੇ ਪਰਤਾ ਕੇ ਕੋਈ ਹੋਰ ਚੀਜ਼ਾਂ ਕਰਕੇ ਨਹੀਂ ਸਬੂਤਾਂ ਮੰਗੀਆਂ ਜੀ, ਅਤੇ ਲੋਕ ਬੜੀ ਇਮਾਨਦਾਰੀ ਦੇ ਨਾਲ ਸਾਡਾ ਸਾਥ ਦੇ ਰਹੇ ਨੇ। ਮੈਂ ਲੋਕਾਂ ਦਾ ਧੰਨਵਾਦ ਕਰਦਾ, ਫਿਰ ਹੀ ਚੰਗਾ ਸਮਾਜ ਬਣੂਗਾ, ਫਿਰ ਹੀ ਰੰਗਲਾ ਪੰਜਾਬ। ਠੀਕ ਹੈ, ਇਹ ਸਨ
MLA ਕੁਲਵੰਤ ਸਿੰਘ ਪੰਡੋਰੀ ਜੋ ਕਿ ਦੋ ਵਾਰ ਹਲਕਾ ਵਿਧਾਨ ਸਭਾ 'ਚ ਭਾਰੀ ਮਾਰਜਨ ਨਾਲ ਜਿੱਤੇ ਨੇ, ਜਿਸ ਕਾਰਨ ਪੰਜਾਬ ਸਰਕਾਰ ਨੇ ਇਹਨਾਂ ਨੂੰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਹੋਇਆ ਅਤੇ ਇਹ SC ਵਿੰਗ ਦੇ ਸੂਬਾ ਪ੍ਰੈਜੀਡੈਂਟ ਵੀ ਹਨ ਅਤੇ ਇਹਨਾਂ ਨੂੰ ਲੋਕ ਬੜੀ ਇਮਾਨਦਾਰ ਆਪਣੇ ਅੱਖ ਨਾਲ ਦੇਖਦੇ ਹਨ ਅਤੇ ਹਲਕੇ ਦੇ ਵਿੱਚ ਇਹ ਲਗਾਤਾਰ 24 ਘੰਟੇ ਸੰਗਤ ਨਾਲ ਵਿਚਰਦੇ ਹਨ ਅਤੇ ਅੱਜ ਕੱਲ੍ਹ ਇਹਨਾਂ ਨੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। MLA ਸਾਹਿਬ, ਤੁਹਾਡਾ ਹਮਦਰਦ TV 'ਤੇ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।